ਜਿਹੜੇ ਕਿਸਾਨਾਂ ਦੇ ਬੱਚਿਆਂ ਨੇ ਉਹਨਾਂ ਦੀ ਐਜੂਕੇਸ਼ਨ ਫ੍ਰੀ ਕਰਤੀ ਹੈ। ਅੱਛਾ ਜੀ, ਪਹਿਲਾਂ ਪੈਸੇ ਲੱਗਦੇ ਸਨ? ਹਾਂ, ਪਹਿਲੇ ਅਸੀਂ ਵੀ ਬੜੀ ਨੋਮੀਨਲ ਜੀ ਫੀਸ ਹੈ 365 ਰੁਪਏ ਪੂਰੇ ਸਾਲ ਦੀ, ਪਰ ਆਪਾਂ ਕਿਸਾਨਾਂ ਕੋਲ ਉਹ ਵੀ ਨਹੀਂ ਲੈਣੀ ਕਿ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਆਫ ਕੋਸਟ ਅਸੀਂ ਪੜਾਵਾਂਗੇ। ਸਾਡੀ ਮੋਬਾਈਲ ਐਪ ਜਿਹੜੀ ਟੀਵੀ ਸਕੂਲ ਦੀ ਆ, ਉੱਥੇ ਲੈਕਚਰ ਐਕਟੀਵੇਟ ਹੋ ਜਾਣਗੇ, ਗੂਗਲ ਡਰਾਈਵ ਤੇ, ਪੈਨ ਡਰਾਈਵ ਤੇ, ਪੂਰੇ ਦੇ ਪੂਰੇ ਪਿੰਡ ਅਸੀਂ ਟਿਊਸ਼ਨ ਮੁਕਤ ਕਰਨ ਦੇ ਪਲਾਨ 'ਚ। ਇਹ ਭਾਜੀ ਕਿਹੜੀ ਕਿਹੜੀ ਕਲਾਸਿਸ ਨੇ ਜਿਹੜੀ ਹੈਗਾ, ਪੰਜਾਬ ਸਿੱਖਿਆ ਸਕੂਲ ਹੈ ਜਾਂ ਫਿਰ ਦਿੱਲੀ ਸਿੱਖਿਆ ਬੋਰਡ, ਕਿੱਦਾਂ? ਨਹੀਂ, ਸਾਡਾ ਦੇਖੋ ਜੀ NCERT ਪੈਟਰਨ ਦੇ ਅਕੋਰਡਿੰਗਲੀ ਹੈ ਤੇ ਇੰਡੀਆ ਦਾ ਕੋਈ ਵੀ ਬੋਰਡ NCERT ਤੋਂ ਬਾਹਰ ਨਹੀਂ ਹੈਗਾ, ਭਾਵੇਂ ਉਹ CBSE ਬੋਰਡ ਹੋਵੇ, ਭਾਵੇਂ ਪੰਜਾਬ ਬੋਰਡ ਹੋਵੇ, ਭਾਵੇਂ ਹਰਿਆਣਾ ਬੋਰਡ ਹੋਵੇ। ਤੇ ਇਸ ਕਰਕੇ ਸਾਡੇ ਕੰਟੈਂਟ ਨੂੰ ਅਸੀਂ ਵੱਧ ਹੀ ਰਿਕਾਰਡ ਕਰਾਇਆ ਹੋਇਆ, ਸਾਡੇ 'ਚ ਘੱਟ ਕੁਛ ਵੀ ਨਹੀਂ ਹੈਗਾ। ਕਲਾਸਾਂ ਜਿਹੜੀਆਂ ਤੁਸੀਂ ਪੁੱਛੀਆਂ ਨੇ, ਸਾਡੇ ਕੋਲ 8ਵੀਂ 9ਵੀਂ 10ਵੀਂ ਦੇ ਵਿੱਚ ਮੈਥ ਸਾਇੰਸ ਇੰਗਲਿਸ਼ ਅਵੇਲੇਬਲ ਹੈ, ਜਿਹੜੇ ਬੱਚਿਆਂ ਨੇ ਟਿਊਸ਼ਨ 'ਚ ਸਬਜੈਕਟ ਪੜ੍ਹਨੇ ਹੁੰਦੇ ਆ, ਅਤੇ 11ਵੀਂ 12ਵੀਂ 'ਚ ਸਾਡੇ ਕੋਲ ਫਿਜ਼ਿਕਸ, ਕੈਮਿਸਟਰੀ, ਮੈਥ ਅਤੇ ਕਾਮਰਸ ਦੇ ਵਿੱਚ ਅਕਾਊਂਟੈਂਸੀ, ਇਕਨੋਮਿਕਸ, ਬਿਜ਼ਨਸ ਸਟੱਡੀਜ਼ ਅਤੇ ਸਟੈਟਿਸਟਿਕਸ। ਇਹ ਸਬਜੈਕਟਸ ਸਾਡੇ ਫੁੱਲ HD ਫੋਰਮ ਦੇ ਵਿੱਚ ਰਿਕਾਰਡ ਹੋਏ ਹੋਏ ਨੇ, ਜਿਹਦੇ ਵਿੱਚ ਅਸੀਂ ਰਿਕਾਰਡਡ ਲੈਕਚਰਸ ਬੱਚਿਆਂ ਨੂੰ ਐਕਟੀਵੇਟ ਕਰਕੇ ਦੇਵਾਂਗੇ, ਨਾਲ ਬੱਚਿਆਂ ਦੇ ਡਾਊਟ ਕਲੀਅਰਿੰਗ ਅਸੀਂ